ਸਤਿ ਸ਼੍ਰੀ ਅਕਾਲ, ਮੈਂ ਪੁਰਨੀਤ ਕੌਰ ਦਰਪਣ ਦੇ ਇਸ ਐਪੀਸੋਡ 'ਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਅੱਜ ਸਾਡਾ ਵਿਸ਼ਾ ਹੈ ਜ਼ਹਿਰ ਨਿਗਲ ਰਿਹਾ ਇਨਸਾਨ। ਜਾਣ ਬੁੱਝ ਕੇ ਨਹੀਂ, ਸਗੋਂ ਅਣਜਾਣੇ ਵਿੱਚ ਹੀ ਅਸੀਂ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਰਹੇ ਹਾਂ ਅਤੇ ਖੁਦ ਵੀ ਉਸੇ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਾਂ। ਇਹ ਧਾਤਾਂ ਨੇ ਜਿਹੜੀਆਂ ਕੈਂਸਰ ਵਰਗੇ ਰੋਗ ਨੇ ਜਿਹੜੇ ਅਸਿੱਧੇ ਤੌਰ 'ਤੇ ਪੈਦਾ ਕਰਦੀਆਂ ਨੇ। ਦਫ਼ਤਰਾਂ ਦੇ ਵਿੱਚ ਬੈਠ ਕੇ ਹੀ ਪਲਾਸਟਿਕ 'ਤੇ ਬੈਨ ਕਰ ਦਿੱਤਾ ਜਾਂਦਾ ਹੈ। ਜਿਵੇਂ ਜਿਵੇਂ ਮਨੁੱਖੀ ਜੀਵਨ ਦਾ ਵਿਕਾਸ ਹੁੰਦਾ ਹੈ, ਰਹਿਣ ਸਹਿਣ ਦਾ ਤਰੀਕਾ ਬਦਲਦਾ ਹੈ, ਉਵੇਂ ਹੀ ਆਬਾਦੀ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਨਾਲ ਹੀ ਸੋਲਿਡ ਵੇਸਟ ਯਾਨੀ ਕਿ ਕੂੜੇ ਵਿੱਚ ਵਾਧਾ ਹੁੰਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪਲਾਸਟਿਕ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ। ਇਸ ਦੇ ਨਾਲ ਹੀ ਇਸ ਨੂੰ ਵਰਤੋਂ ਮਗਰੋਂ ਸੁੱਟਣ ਲਈ ਵੀ ਕਾਫ਼ੀ ਦਿੱਕਤਾਂ ਦਾ ਵਾਧਾ ਹੋਇਆ ਹੈ। ਜੇਕਰ ਗੱਲ ਕਰੀਏ ਪਲਾਸਟਿਕ ਤੋਂ ਬਣੇ ਬੈਗਸ ਯਾਨੀ ਕਿ ਲਿਫਾਫਿਆਂ ਦੀ, ਤਾਂ ਇਸ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ, ਕਿਉਂਕਿ ਜਿੰਨਾ ਇਹਨਾਂ ਵਿੱਚ ਸਮਾਨ ਲੈ ਕੇ ਜਾਣਾ ਸੌਖਾ ਲੱਗਦਾ ਹੈ, ਉਨਾ ਹੀ ਇਹ ਸਸਤੇ ਵੀ ਪੈਂਦੇ ਨੇ। ਇਸੇ ਕਰਕੇ ਖਾਸ ਕਰ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਉੱਤੇ ਪਲਾਸਟਿਕ ਦੇ ਲਿਫਾਫੇ ਸਭ ਤੋਂ ਵੱਧ ਵਰਤੇ ਜਾਂਦੇ ਨੇ। ਜੇਕਰ ਗੱਲ ਕਰੀਏ ਸਿਰਫ ਪੰਜਾਬ ਦੀ, ਤਾਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਲਾਸਟਿਕ ਦੀ ਵਰਤੋਂ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਸੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਉੱਤੇ ਜੁਰਮਾਨਾ ਵੀ ਲਾਗੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੂਬੇ ਵਿੱਚ ਪਲਾਸਟਿਕ ਦੀਆਂ ਵਸਤਾਂ ਬਣਾਉਣ ਵਾਲਿਆਂ ਉੱਤੇ 25,000 ਰੁਪਏ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਉੱਤੇ 1,000 ਰੁਪਏ ਜੁਰਮਾਨਾ ਲੱਗੇਗਾ। ਪੰਜਾਬ ਵਿੱਚ 30 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਉੱਤੇ ਪਾਬੰਦੀ ਲਗਾਈ ਗਈ ਹੈ। ਪੰਜਾਬ ਸਰਕਾਰ ਨੇ 2005 ਵਿੱਚ ਬਣਾਏ ਗਏ ਪੰਜਾਬ ਪਲਾਸਟਿਕ ਕੈਰੀਬੈਗ ਕੰਟਰੋਲ ਐਕਟ ਦੀ ਧਾਰਾ 7 ਵਿੱਚ ਸੋਧ ਮਗਰੋਂ ਇਹ ਪਾਬੰਦੀ ਲਗਾਈ ਹੈ। ਪਲਾਸਟਿਕ ਦੇ ਲਿਫਾਫੇ ਧਰਤੀ ਉੱਤੇ ਰਹਿੰਦੇ ਹਰ ਜੀਵ ਸਮੇਤ ਧਰਤੀ ਲਈ ਵੀ ਬਹੁਤ ਜ਼ਿਆਦਾ ਨੁਕਸਾਨਦਾਇਕ ਨੇ। ਇਹਨਾਂ ਲਿਫਾਫਿਆਂ ਕਰਕੇ ਅੱਜ ਵਾਤਾਵਰਨ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਪਹੁੰਚ ਰਿਹਾ। ਫਰਟੀਲਾਈਜ਼ਰਸ, ਪੈਸਟੀਸਾਈਡਸ ਅਤੇ ਮਿਲਾਵਟ ਨਾਲ ਬਣਨ ਵਾਲੀਆਂ ਖਾਣ ਪੀਣ ਦੀਆਂ ਵਸਤਾਂ, ਅਜਿਹੀਆਂ ਕਈ ਚੀਜ਼ਾਂ ਨੇ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ। ਇਹ ਅਜਿਹੇ ਜ਼ਹਿਰ ਨੇ ਜੋ ਕਿ ਦਿਨ ਬ ਦਿਨ ਹਸਪਤਾਲਾਂ ਦੇ ਵਿੱਚ ਭੀੜ ਵਧਾ ਰਹੇ ਨੇ ਅਤੇ ਨਾਲ ਹੀ ਜਾਨਲੇਵਾ ਬਿਮਾਰੀਆਂ ਦਿੰਦੇ ਹੋਏ ਘੱਟ ਉਮਰੇ ਮਨੁੱਖੀ ਜੀਵਾਂ ਦੇ ਖਾਤਮੇ ਦਾ ਕਾਰਨ ਬਣ ਰਹੇ ਨੇ। ਇਹਨਾਂ ਸਭ ਦੇ ਨਾਲ ਹੀ ਰੋਜ਼ ਦੀ ਜ਼ਿੰਦਗੀ ਵਿੱਚ ਵਰਤਿਆ ਜਾਣ ਵਾਲਾ ਇੱਕ ਹੋਰ ਜ਼ਹਿਰ ਹੈ ਪਲਾਸਟਿਕ। ਫਿਰ ਇਸ ਦੀ ਵਰਤੋਂ ਅਸੀਂ ਬੱਚਿਆਂ ਦੇ ਖਿਡੌਣਿਆਂ ਲਈ ਕਰੀਏ ਜਾਂ ਫਿਰ ਪਲਾਸਟਿਕ ਦੇ ਲਿਫਾਫਿਆਂ ਵਜੋਂ, ਇਹਦੇ ਵਿੱਚ ਮੁੱਖ ਤੌਰ 'ਤੇ ਕੈਡੀਮੀਅਮ ਧਾਤ ਹੁੰਦੀ ਹੈਗੀ, ਜਿਹੜੀ ਹੋਰ ਵੀ ਕਈ ਕੈਮੀਕਲ ਹੁੰਦੇ ਨੇ ਜਿਨ੍ਹਾਂ ਨੂੰ ਮਿਲਾ ਕੇ ਇਹ ਬਣਦੀ ਆ, ਅਤੇ ਜਦੋਂ ਇਹ ਮਤਲਬ ਰੋਜ਼ਾਨਾ ਜੀਵਨ ਦੇ ਵਿੱਚ ਇਹ ਆ ਜਾਂਦੀਆਂ ਨੇ, ਤਾਂ ਇਹ ਧਾਤਾਂ ਨੇ ਜਿਹੜੀਆਂ ਕੈਂਸਰ ਵਰਗੇ ਰੋਗ ਨੇ ਜਿਹੜੇ ਅਸਿੱਧੇ ਤੌਰ 'ਤੇ ਪੈਦਾ ਕਰਦੀਆਂ ਨੇ, ਜਿਨ੍ਹਾਂ ਨਾਲ ਲੋਕ ਨੇ ਸਾਡੇ ਇਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ। ਇਹਦਾ ਗਲਣ ਦੀ ਕੋਈ ਮਿਆਦ ਨਹੀਂ ਹੈਗੀ, ਸਾਰੀ ਉਮਰ ਹੀ ਨਹੀਂ ਇਹ ਗਲਦੀ। ਜਿਸ ਤਰ੍ਹਾਂ ਕੁਝ ਕਾਗਜ਼ ਆ ਜਿਹੜਾ ਵੀ ਉਹਨੂੰ 1 ਮਹੀਨਾ ਲੱਗਦਾ ਗਲਣ ਦੇ ਵਾਸਤੇ, ਜਿਹੜਾ ਕੇਲੇ ਦਾ ਛਿਲਕਾ ਉਹਨੂੰ 3 ਜਾਂ 4 ਹਫ਼ਤੇ ਲੱਗਦੇ ਨੇ ਗਲਣ ਦੇ ਵਾਸਤੇ, ਇਹ ਜਿਹੜਾ ਪੋਲੀਥੀਨ ਆ ਕੱਲੜ ਨੇ ਜਿਹੜੇ, ਇਹ ਸਾਰੀ ਉਮਰ ਹੀ ਨਹੀਂ ਗਲਦਾ ਗਾ। ਸੋ ਇਹ ਜਿੱਥੇ ਇਹ ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ ਸਹੀ ਤਰੀਕੇ ਨਾਲ ਜਦੋਂ ਜੜ੍ਹ ਥੱਲੇ ਨਹੀਂ ਜਾਊ ਰੁਕਾਵਟ ਬਣਦੇ ਨੇ, ਇਸ ਤਰ੍ਹਾਂ ਇਹ ਨਾਲੀਆਂ ਦੇ ਵਿੱਚ ਵੀ ਜਦੋਂ ਫਸ ਜਾਂਦੇ ਨੇ ਤਾਂ ਵੀ ਰੁਕਾਵਟ ਬਣਦੇ ਨੇ ਕਿ ਪਾਣੀ ਸਹੀ ਜਗ੍ਹਾ ਨਹੀਂ ਪਹੁੰਚਦਾ, ਜਦੋਂ ਉੱਥੇ ਰੁਕ ਜਾਂਦਾ ਪਾਣੀ ਮਲੇਰੀਆ ਦਾ ਕਾਰਨ ਬਣਦਾ ਗਾ। ਪਲਾਸਟਿਕ ਇੱਕ ਜ਼ਹਿਰ ਹੈ, ਇਹ ਸਭ ਜਾਣਦੇ ਨੇ। ਇਸੇ ਲਈ ਸਰਕਾਰਾਂ ਵੱਲੋਂ ਵੀ ਸਖਤੀ ਨਾਲ ਕਦਮ ਚੁੱਕਦੇ ਹੋਏ ਇਸ ਉੱਤੇ ਬੈਨ ਲਗਾ ਦਿੱਤਾ ਗਿਆ। ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉੱਤੇ ਦੇਸ਼ ਦੇ ਕਈ ਸੂਬਿਆਂ ਵਿੱਚ ਬੈਨ ਲੱਗਿਆ ਹੋਇਆ। ਦਿੱਲੀ, ਹਿਮਾਚਲ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਉੱਤਰਾਖੰਡ, ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਸਿੱਕਿਮ, ਨਾਗਾਲੈਂਡ, ਹਰਿਆਣਾ, ਜੰਮੂ ਕਸ਼ਮੀਰ, ਤ੍ਰਿਪੁਰਾ, ਰਾਜਸਥਾਨ, ਲਕਸ਼ਦੀਪ, ਇਹ ਸਭ ਇਸਦਾ ਹਿੱਸਾ ਨੇ। ਪਰ ਫਿਰ ਵੀ ਕਈ ਥਾਵਾਂ ਉੱਤੇ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਰਤੋਂ ਹੁੰਦੀ ਆਮ ਦੇਖੀ ਜਾ ਸਕਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਸਿਰਫ ਕਾਲੇ ਜਾਂ ਹੋਰ ਗੂੜੇ ਰੰਗ ਦੇ ਪਲਾਸਟਿਕ ਦੇ ਲਿਫਾਫਿਆਂ ਉੱਤੇ ਹੀ ਬੈਨ ਲਗਾਇਆ ਗਿਆ ਸੀ, ਕਿਉਂਕਿ ਕਾਲੇ ਲਿਫਾਫੇ ਪੁਰਾਣੇ ਲਿਫਾਫਿਆਂ ਨੂੰ ਗਲਾ ਕੇ ਦੁਬਾਰਾ ਬਣਾਏ ਜਾਣ ਵਾਲੇ ਲਿਫਾਫੇ ਹੁੰਦੇ ਨੇ, ਜਿਨ੍ਹਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਪਾ ਕੇ ਵੇਚਣ ਉੱਤੇ ਸਖਤ ਮਨਾਹੀ ਹੈ। ਪਰ ਇਹਨਾਂ ਲਿਫਾਫਿਆਂ ਦੀ ਵਰਤੋਂ ਵੀ ਬਾਜ਼ਾਰਾਂ ਵਿੱਚ ਆਮ ਕੀਤੀ ਜਾ ਰਹੀ ਹੈ, ਖਾਸ ਕਰ
ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਤੇ ਰੇੜੀਆਂ ਉੱਤੇ ਕਾਲੇ ਲਿਫਾਫੇ ਆਮ ਦੇਖੇ ਜਾ ਸਕਦੇ ਨੇ। ਇਹ ਸਭ ਨਜ਼ਰਾਂ ਦੇ ਸਾਹਮਣੇ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਸਰਕਾਰ ਨੇ ਜਿਹੜਾ ਪਲਾਸਟਿਕ ਦੇ ਉੱਤੇ ਬੈਨ ਦਾ ਰੌਲਾ ਪਾਇਆ ਹੋਇਆ ਹੈ, ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਸਰਕਾਰ ਨੇ ਕਿਸੇ ਵੀ ਪਲਾਸਟਿਕ ਬਣਾਉਣ ਵਾਲੇ ਜਿਨ੍ਹਾਂ ਦਾ 40-40 ਸਾਲ ਤਜਰਬਾ ਹੈ ਉਹਨਾਂ ਨੂੰ ਬੁਲਾ ਕੇ ਕਦੀ ਵੀ ਨੁਮਾਇੰਦਗੀ ਨਹੀਂ ਦਿੱਤੀ, ਕਦੀ ਡਿਸਕਸ ਨਹੀਂ ਕੀਤਾ। ਦਫ਼ਤਰਾਂ ਦੇ ਵਿੱਚ ਬੈਠ ਕੇ ਹੀ ਪਲਾਸਟਿਕ 'ਤੇ ਬੈਨ ਕਰ ਦਿੱਤਾ ਜਾਂਦਾ ਹੈ। ਪਲਾਸਟਿਕ ਦੇ ਲਿਫਾਫੇ ਇੰਨੇ ਖਤਰਨਾਕ ਹੁੰਦੇ ਨੇ ਕਿ ਨਾ ਹੀ ਇਹ ਗਲਦੇ ਨੇ ਅਤੇ ਜੇਕਰ ਇਹਨਾਂ ਨੂੰ ਜਲਾਇਆ ਜਾਵੇ ਤਾਂ ਇਸ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਵਾਤਾਵਰਨ ਸਮੇਤ ਜੀਵਾਂ ਲਈ ਵੀ ਬਹੁਤ ਜ਼ਿਆਦਾ ਹਾਨੀਕਾਰਕ ਸਾਬਤ ਹੁੰਦਾ ਹੈ। ਇਹਨਾਂ ਲਿਫਾਫਿਆਂ ਨੂੰ ਜੇਕਰ ਮਿੱਟੀ ਵਿੱਚ ਦੱਬ ਦਿੱਤਾ ਜਾਵੇ ਤਾਂ ਉਸ ਥਾਂ ਉੱਤੇ ਪੌਦੇ ਨਹੀਂ ਉਗਾਏ ਜਾ ਸਕਣਗੇ ਕਿਉਂਕਿ ਲਿਫਾਫਿਆਂ ਕਰਕੇ ਪੌਦਿਆਂ ਦੀਆਂ ਜੜ੍ਹਾਂ ਤੱਕ ਪਾਣੀ ਹੀ ਨਹੀਂ ਪਹੁੰਚੇਗਾ। ਦੂਜੇ ਪਾਸੇ ਕੂੜੇ ਦੇ ਢੇਰਾਂ ਵਿੱਚ ਵੱਡੇ ਪੱਧਰ ਉੱਤੇ ਪਲਾਸਟਿਕ ਦੇ ਲਿਫਾਫੇ ਦੇਖੇ ਜਾ ਸਕਦੇ ਨੇ ਜਿਨ੍ਹਾਂ ਵਿੱਚੋਂ ਖਾਣਾ ਲੱਭਣ ਲਈ ਪਸ਼ੂ ਤੇ ਪੰਛੀ ਮੂੰਹ ਮਾਰਦੇ ਨੇ ਤੇ ਉਹ ਲਿਫਾਫਿਆਂ ਨੂੰ ਹੀ ਨਿਕਲ ਜਾਂਦੇ ਨੇ ਜੋ ਕਿ ਉਹਨਾਂ ਦੀ ਮੌਤ ਦਾ ਕਾਰਨ ਬਣਦਾ ਹੈ। ਜਿਹੜੇ ਪੋਲੀਥੀਨ ਦੇ ਲਿਫਾਫੇ ਨੇ ਇਹ ਵਾਰਾਂ ਗਊਆਂ ਜਿਹੜੀਆਂ ਹੈਗੀਆਂ ਨੇ ਇਹ ਖਾਂਦੀਆਂ ਨੇ, ਇਹਨਾਂ ਨੂੰ ਹੀ ਬੜਾ ਨੁਕਸਾਨ ਹੁੰਦਾ ਹੈ ਅਤੇ ਨਾਲ ਸਾਡਾ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹ ਵੀ ਬੜਾ ਰੁਕ ਜਾਂਦਾ ਹੈ। ਸੋ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਪੋਲੀਥੀਨ ਦਾ ਲਿਫਾਫਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਬੰਦ ਹੋਣਾ ਚਾਹੀਦਾ ਹੈ। ਨੁਕਸਾਨ ਇਹ ਹੈ ਜੀ ਜਿਹੜੇ ਜਾਨਵਰ ਆਪਾਂ ਅਵਾਰਾ ਤੁਰੇ ਫਿਰਦੇ ਨੇ ਜੋ ਸਬਜ਼ੀਆਂ ਵਗੈਰਾ ਜਿਹੜੀਆਂ ਲੇਡੀਜ਼ ਆਪਣੇ ਘਰਾਂ ਦੇ ਵਿੱਚ ਲਿਫਾਫੇ ਦੇ ਵਿੱਚ ਬੰਦ ਕਰਕੇ ਗਲੀ 'ਚ ਸੁੱਟ ਦਿੰਦੀਆਂ ਨੇ ਉਹਨੂੰ ਇਹ ਖਾਣ ਦੀ ਕੋਸ਼ਿਸ਼ ਕਰਦੇ ਆ, ਉਹ ਗੰਢਾਂ ਨਹੀਂ ਖੁੱਲਦੀਆਂ, ਗੰਢਾਂ ਨਾ ਖੁੱਲਣ ਕਰਕੇ ਫਿਰ ਕੀ ਹੁੰਦਾ ਜਾਨਵਰ ਉਹਨੂੰ ਪੂਰੇ ਦਾ ਪੂਰਾ ਹੀ ਮੂੰਹ ਦੇ ਵਿੱਚ ਲੈ ਜਾਂਦਾ ਅਤੇ ਉਹ ਜਾ ਕੇ ਮਿਹਦੇ 'ਚ ਇਕੱਠੇ ਹੋ ਜਾਂਦੇ ਆ। ਜਿਹੜਾ ਪਲਾਸਟਿਕ ਹੁੰਦਾ ਤੁਹਾਨੂੰ ਪਤਾ ਵੀ ਇਹ ਨਾ ਮਿੱਟੀ ਦੇ ਵਿੱਚ ਨਾ ਕਿਤੇ ਹੋਰ ਗਲਦਾ ਨਹੀਂ ਹੈ, ਉਹ ਜਦੋਂ ਇਕੱਠਾ ਜਾ ਕੇ ਪਲਾਸਟਿਕ ਅੰਦਰ ਹੋ ਹੀ ਜਾਂਦਾ ਤਾਂ ਉਹ ਜਾ ਕੇ ਮਿਹਦੇ 'ਚ ਕਿਤੇ ਬਲੌਕ ਕਰ ਦਿੰਦਾ, ਬਲੌਕ ਕਰਨ ਤੋਂ ਬਾਅਦ ਜਾਨਵਰ ਦੀ ਡੈਥ ਵੀ ਹੋ ਸਕਦੀ ਹੈ। ਜੇਕਰ ਗੱਲ ਕਰੀਏ ਸਿਰਫ ਪੰਜਾਬ ਦੀ ਤਾਂ ਪੰਜਾਬ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉੱਤੇ ਬੈਨ ਲਗਾ ਦਿੱਤਾ ਗਿਆ। ਪਰ ਇਸ ਸਮੇਂ ਅਸੀਂ ਤੁਹਾਨੂੰ ਹੈਰਾਨ ਕਰ ਦੇਣ ਵਾਲੇ ਅੰਕੜੇ ਦੱਸਾਂਗੇ ਕਿ ਬੈਨ ਮਗਰੋਂ ਵੀ ਪੰਜਾਬ ਵਿੱਚ ਕਿੰਨੇ ਪਲਾਸਟਿਕ ਦੇ ਲਿਫਾਫੇ ਬਣ ਕੇ ਤਿਆਰ ਹੋ ਰਹੇ ਨੇ। ਇੱਥੇ ਇੱਕ ਵੱਡਾ ਸਵਾਲ ਹੈ ਕਿ ਜੇਕਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਉੱਤੇ ਬੈਨ ਲਗਾਇਆ ਗਿਆ ਤਾਂ ਫਿਰ ਵੀ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਲਿਫਾਫੇ ਕਿਉਂ ਤਿਆਰ ਕੀਤੇ ਜਾ ਰਹੇ ਨੇ? ਜਾਣਕਾਰੀ ਮੁਤਾਬਕ ਹਰ ਮਹੀਨੇ ਪੰਜਾਬ ਵਿੱਚ 8,000 ਟਨ ਪਲਾਸਟਿਕ ਦੇ ਲਿਫਾਫੇ ਬਣ ਕੇ ਤਿਆਰ ਹੁੰਦੇ ਨੇ। ਪੰਜਾਬ ਭਰ ਵਿੱਚ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੇ 5,000 ਦੇ ਕਰੀਬ ਯੂਨਿਟ ਨੇ ਜਿੱਥੇ ਕਿ ਵੱਡੇ ਪੱਧਰ ਉੱਤੇ ਮਾਲ ਤਿਆਰ ਕਰਕੇ ਅੱਗੇ ਭੇਜਿਆ ਜਾਂਦਾ ਹੈ। ਸ਼ਰੇਆਮ ਪਲਾਸਟਿਕ ਦੇ ਲਿਫਾਫੇ ਤਿਆਰ ਕੀਤੇ ਜਾ ਰਹੇ ਨੇ। ਕੀ ਇਹ ਸਰਕਾਰ ਦੀਆਂ ਅੱਖਾਂ ਤੋਂ ਓਹਲੇ ਹੈ? ਪੰਜਾਬ ਵਿੱਚ ਸਿਰਫ ਸੂਬੇ ਵਿੱਚ ਤਿਆਰ ਹੋਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਹੀ ਵਰਤੋਂ ਨਹੀਂ ਹੁੰਦੀ, ਸਗੋਂ ਬਾਹਰਲੇ ਸੂਬਿਆਂ ਤੋਂ ਵੀ ਇਹ ਪੰਜਾਬ ਵਿੱਚ ਲਿਆਏ ਜਾਂਦੇ ਨੇ। 1,000 ਤੋਂ 2,000 ਟਨ ਦੇ ਕਰੀਬ ਪਲਾਸਟਿਕ ਬੈਗਸ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਲਿਆਏ ਜਾਂਦੇ ਨੇ। ਖਾਸਕਰ ਚੀਨ ਤੋਂ 2,000 ਟਨ ਦੇ ਕਰੀਬ ਪਲਾਸਟਿਕ ਬੈਗ ਪੰਜਾਬ 'ਚ ਆਉਂਦੇ ਨੇ। ਸੂਬੇ ਵਿੱਚ ਸ਼ਰੇਆਮ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਵਿਖੇ ਪਲਾਸਟਿਕ ਦੇ ਲਿਫਾਫੇ ਤਿਆਰ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਕਈ ਯੂਨਿਟ ਕਾਲੇ ਲਿਫਾਫੇ ਵੀ ਵੱਡੇ ਪੱਧਰ ਉੱਤੇ ਤਿਆਰ ਕਰ ਰਹੇ ਨੇ। ਪਰ ਇਹਨਾਂ ਸਭ ਉੱਤੇ ਨਕੇਲ ਨਹੀਂ ਕਸੀ ਜਾ ਰਹੀ। ਪੰਜਾਬ ਸਰਕਾਰ ਵੱਲੋਂ ਪਲਾਸਟਿਕ ਬੈਗਸ ਉੱਤੇ ਬੈਨ ਲਗਾਉਣ ਦੇ ਐਲਾਨ ਨੇ ਇਹਨਾਂ ਨੂੰ ਤਿਆਰ ਕਰਨ ਵਾਲਿਆਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ। ਪਲਾਸਟਿਕ ਬੈਗਸ ਦੀ, ਸਾਰੇ ਤਰ੍ਹਾਂ ਬੈਗਸ ਦੀ ਮੈਨੂਫੈਕਚਰਿੰਗ ਜੋ ਹੈ ਉਹ 8,000 ਟਨ ਪ੍ਰਤੀ ਮਹੀਨਾ ਸਾਰੇ ਪੰਜਾਬ ਵਿੱਚ ਮੈਨੂਫੈਕਚਰਿੰਗ ਹੁੰਦਾ ਹੈ ਔਰ ਉਹ ਜਿਹੜਾ ਇਹ ਡੇ ਬਾਈ ਡੇ ਵੱਧਦਾ ਜਾ ਰਿਹਾ ਔਰ ਇਸ ਤੋਂ ਇਲਾਵਾ ਚਾਈਨਾ ਤੋਂ ਵੀ ਜਿਹੜਾ ਹੈ ਤਕਰੀਬਨ 2,500 ਟਨ ਮਾਲ ਜੋ ਪੰਜਾਬ ਵਿੱਚ ਆ ਕੇ ਵਿਕਦਾ ਹੈ। ਇਹ ਤਕਰੀਬਨ 12,000 ਟਨ ਵਰਤੋਂ ਵਿੱਚ ਆਉਂਦਾ ਹੈ ਕਿਉਂਕਿ ਕੁਛ ਮਟੀਰੀਅਲ ਜਿਹੜਾ 1,000-2,000 ਟਨ ਹੈ ਉਹ ਬਾਹਰਲੀਆਂ ਸਟੇਟਾਂ ਤੋਂ ਵੀ ਆ ਰਿਹਾ ਹੈ, ਜਿਵੇਂ ਗੁਜਰਾਤ ਤੋਂ, ਜਿਵੇਂ ਮਹਾਰਾਸ਼ਟਰ ਤੋਂ, ਜਿਵੇਂ ਉੜੀਸਾ ਤੋਂ, ਬਿਹਾਰ ਤੋਂ, ਬੰਗਾਲ ਤੋਂ, ਉੱਥੋਂ ਵੀ ਆ ਰਿਹਾ ਹੈ। ਪਲਾਸਟਿਕ ਬੈਗ ਬਣਾਉਣ ਵਾਲੇ ਤਕਰੀਬਨ ਸਾਰੇ ਪੰਜਾਬ 'ਚ 5,000 ਯੂਨਿਟ ਜਿਹੜੇ ਹੈ ਬਣਾ ਰਹੇ ਨੇ, ਜਿਹੜੇ ਕਿ ਜ਼ਿਆਦਾ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਔਰ ਪਟਿਆਲਾ ਦੇ ਵਿੱਚ ਕੰਮ ਕਰ ਰਹੇ ਨੇ। ਇਹ ਤਾਂ ਸੀ ਅਧਿਕਾਰਤ ਤੌਰ 'ਤੇ ਦਿੱਤੀ ਗਈ ਜਾਣਕਾਰੀ, ਪਰ ਤੁਹਾਨੂੰ ਸੁਣਾਉਂਦੇ ਹਾਂ ਕਿ ਇੱਕ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਕਾਮੇ ਦਾ ਕੀ ਕਹਿਣਾ ਹੈ। ਆਪਣਾ ਜੋ ਕਾਮ ਹੈ
नहीं बड़ा 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 है। रोज के कितने आप बना लेते हो? 350-400 किलो तक लगा लो। जानकारी मुताबक पंजाब विच 5000 यूनिट ने जिथे के प्लास्टिक ते लिफाफे तैयार किए जा रहे ने। इथे गल बिल्कुल साफ है कि जेकर एक दिन विच एक मशीन तो 350 किलो प्लास्टिक ते लिफाफे बन के तैयार हो रहे ने ता एक महीने विच 10,500 किलो लिफाफे बन के मतलब के 11 टन के करीब लिफाफे बन के तैयार होंगे ने। इसकी जेकर एवरेज कढ़ी जाए तो प्रति महीना 55,000 टन लिफाफे बन के तैयार होने का अंदाजा लगाया जा सकता है। इत्थे गल होर खास तौर पर जिक्र योग है कि जेकर प्लास्टिक बैग्स की बनतर उत्ते रोक लगा दी गई तो इन्हां दे कुछ कारखाने भी बंद कर दिते जाएंगे तो वड्डी गिनती कामे बेरोजगार हो जाएंगे। ये तातां ने जिहड़ियां कैंसर वर्गे रोग ने जिहड़े सीधे तौर पर पैदा कर दियां ने। दफ्तरां दे विच बैठ के ही प्लास्टिक ते बैन कर दिता जांदा है। सेहत मंत्री सुरजीत कुमार जाणी ने भी प्लास्टिक ते लिफाफियां उत्ते लगे बैन नू सही तां दस्या पर किंज तुसीं खुद ही सुन लो। चलो तो नगर पालिका वालों और चिट्ठी लिखी जाऊगी बैन लाया बैन लगना भी चाहिए है क्योंकि अज सारा सीवरेज सिस्टम सारा जो बेकार वो होया पे किन्नी गंदगी बदबू सफाई होना जरूरी है। अगर सफाई रही तो अस स्वस्थ रह सकते हैं ये तो हो जाएगा। फलों ते सब्जियां वेचण वालों नाल जो गलबात की गई तो वह अपना रोना रोंदे नजर आए। उन्हों का कहना है कि लोग खरीददारी वेले अपने बैग नहीं लैके आते ते जूट दे बैग उन्हां नूं बहुत ही महंगे पैंदे ने इस करके उन्हां नूं मजबूरन प्लास्टिक बैग्स की वरतों करनी पैंदी है। सर लिफाफे इसलिए करें बंद हो गया है इस करके सर यही चला रहे हैं हमारा कुछ बचता नहीं है तो महंगा पड़ता है ग्राहक पैसा इसका नहीं देते हैं। कितना का महंगा पड़ता है ये? तो सर ₹1.30 पड़ता है ये एक पीस जी। बेशक मजबूरी वजों प्लास्टिक ते लिफाफियां दी वरतों कीती जा रही है पर है तो यह जानलेवा ने वातावरण समेत हर जीव नू प्लास्टिक दा सिर्फ नुकसान ही नुकसान है। मनुखी जीवां नू होर बीमारियां समेत कैंसर दी बीमारी दा कारण भी बनदे ने लिफाफे। कैंसर जही भयानक बीमारी दा इन्हां कारणां करके ही इन्ना ज्यादा पसारा हो रहा है क्योंकि पुराने समय च लिफाफे होंद च नहीं हुंदा सी हुण लिफाफे होने चाहिए पर इन्हां दी क्वालिटी अच्छी नहीं होंदी ना ये गलते ने सो इस करके बंद होने चाहिए ने ते बस लोगों नूं वध तों वध जागरूक लोगों नूं करना चाहिए कि लोग इसकी वरतों करन ही ना मंगण की कोशिश करन ते अपना जदों भी कोई चीज़ लैनी है बाजार अंदरों अपना घरों साधन लैके आ जदों भी कोई समान पा के देना है तो ऑलरेडी की होंगे कि कस्टमर नूं कोई समान पा के देना थैले की लोड़ पैंदी है तो उन्होंने कैरी बैग देना ही पैंदा है। जिहड़ा पहला गवर्नमेंट वल्लों यह जागरूकता भी करनी चाहिए लोगों को कि जब भी वो दुकान पर आन तो कोई ना कोई कैरी बैग आपका जो कोई थैला नाल लैके आन ताकि वो जो समान उन्होंने पिक करना है ऑलरेडी उस पा के ले जा सकन। प्लास्टिक बैग्स उत्ते यह बैन सिर्फ पंजाब जां भारत विच ही नहीं सगों विदेशों विच भी लगाया जा रहा है। जानकारी मुताबक सैक्रामेंटो विच 1 जनवरी 2016 तो प्लास्टिक के लिफाफिया उत्ते पूरी तरह बैन लगा दिता गया है। हुण किसी भी दुकान उत्ते बैग नहीं मिलणगे। इसका मंतव हर महीने ग्राहकों नूं दिते जा रहे 14 मिलियन लिफाफियां दी गिनती नूं घट करना मन्या जा रहा है। प्लास्टिक दे लिफाफे ही नहीं सगों प्लास्टिक तों बनन वालियां होर भी काफ़ी वस्तां वातावरण नूं नुकसान पहुँचाउंदियां ने। पानी दा प्रदूषण हवा दा प्रदूषण गंदगी भयानक बीमारियां ते मौत तक दा कारण बनदे ने प्लास्टिक दे लिफाफे। इन्हां ते बेशक सरकारां वल्लों बैन लगाया गया है पर यह बैन उदों तक सहायक नहीं मनिया जा सकता जदों तक इन्हां दे कारखाने बंद नहीं होंदे। जेकर प्लास्टिक बैग तैयार करन वाले कारखाने ही बंद कर दिते जाण तां आम लोग इस जहर दी वरतों ही किंज कर सकणगे। इत्थे सवाल यह है कि पंजाब सरकार वल्लों प्लास्टिक ते लिफाफियां दी वरतों उत्ते रोक लगाउण दे नाल नाल इन्हां नूं बणाए जाण उत्ते रोक क्यों नहीं लगाई जा रही? वड्डे पद्धर उत्ते कारखानियां विच प्लास्टिक दे खासकर काले लिफाफे बनाउण वालियां उत्ते नकेल क्यों नहीं कसी जा रही? इस बारे अपने सुझाव लिख के जरूर भेजना। साडा ईमेल पता नोट कर लो, पुरनीत कौर @globalpunjabtv.com।
ਫਿਲਹਾਲ ਵੇਲਾ ਹੋ ਗਿਆ ਤੁਹਾਤੋਂ ਇਜਾਜ਼ਤ ਲੈਣ ਦਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੀ ਦਰਪਣ ਦੇ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਇਹ ਧਾਤਾਂ ਨੇ ਜਿਹੜੀਆਂ ਕੈਂਸਰ ਵਰਗੇ ਰੋਗ ਨੇ ਜਿਹੜੇ ਅਸਿੱਧੇ ਤੌਰ 'ਤੇ ਪੈਦਾ ਕਰਦੀਆਂ ਨੇ। ਦਫ਼ਤਰਾਂ ਦੇ ਵਿੱਚ ਬੈਠ ਕੇ ਹੀ ਪਲਾਸਟਿਕ 'ਤੇ ਬੈਨ ਕਰ ਦਿੱਤਾ ਜਾਂਦਾ ਹੈ।